नमस्कार दोस्तों, मैं हूं सुरेश पठानिया और आप देख रहे हैं एक्टिव न्यूज। पठानकोट प्रशासन द्वारा दिव्यांगों के लिए मतदान अवेयरनेस कैंप उस समय अव्यवस्था का शिकार हो गया जब कैंप में उम्मीद से ज्यादा दिव्यांग पहुंच गए, जिसके चलते प्रशासन ने माफी भी मांगी। हालांकि इस कैंप का मुख्य उद्देश्य मतदान के लिए दिव्यांगों को चुनाव आयोग द्वारा दी जाने वाली सुविधाओं की जानकारी देना था, लेकिन कई दिव्यांगों से बातचीत करके ये बात सामने आई कि उन्हें ट्राईसाइकिल देने की बात कहकर लाया गया था। पेश है संबंधी टीम एक्टिव न्यूज की एक रिपोर्ट। ਅਸੀਂ ਆਏ ਸਿਰਫ ਇਹਨਾਂ ਨੇ ਸਾਨੂੰ ਬੁਲਾਇਆ ਵੋਟਾਂ ਕਰਕੇ, ਪਰ ਸਾਨੂੰ ਵੋਟਾਂ ਲੈਣ ਦੇ ਦੇਣ ਦੇ ਬਾਵਜੂਦ ਤਾਂ ਸਾਨੂੰ ਜਿਹੜੇ ਸਾਡੇ ਹੱਕ ਨੇ ਉਹ ਵੀ ਮਿਲਣੇ ਚਾਹੀਦੇ ਆ। ਉਹ ਅਸੀਂ ਕਿੱਥੋਂ ਮੰਗੀਏ, ਸਾਨੂੰ ਵੀ ਇਹ ਪ੍ਰਸ਼ਾਸਨ ਸਾਹਿਬ ਜਵਾਬ ਦੇਣ। ਸਰ, ਸਾਰੇ ਲੋਕਾਂ ਨੂੰ ਘਰ ਘਰ ਜਾ ਕੇ ਆਂਗਨਵਾੜੀ ਵਾਲਿਆਂ ਨੇ ਬੁਲਾਇਆ ਹੈਗਾ, ਲੈ ਵੀ ਅਸੀਂ ਇੱਥੇ ਵੀਲਚੇਅਰ ਪ੍ਰੋਵਾਈਡ ਕਰਾਂਗੇ ਜਾਂ ਕਿਸੇ ਨੂੰ ਕੋਈ ਨਾ ਕੋਈ ਆਈਟਮ ਦੇਵਾਂਗੇ, ਠੀਕ ਹੈ ਨਾ। ਇੱਥੇ ਤਾਂ ਸਮੱਸਿਆ ਕਿ ਇੱਥੇ ਤਾਂ ਬਹਿਣ ਨੂੰ ਵੀ ਜਗ੍ਹਾ ਵੀ ਨਹੀਂ ਹੈਗੀ। ਇੱਥੋਂ ਤੱਕ ਕਿ ਸਾਰੇ ਐਨ ਜੀ ਓ ਵਾਲੇ ਅੱਗੇ ਚੇਅਰ ਲੈ ਕੇ ਬੈਠੇ ਹੋਏ ਨੇ, ਹੈਂਡੀਕੈਪ ਬੰਦੇ ਵਿਚਾਰੇ ਥੱਲੇ ਘਿਛੜ 'ਤੇ ਜਾ ਰਹੇ ਆ ਨਾ, ਉਹਨਾਂ ਨੂੰ ਐਨੀ ਬਹਿਣ ਦੀ ਕੋਈ ਫੈਸਿਲਿਟੀ ਨਹੀਂ ਮਿਲਦੀ ਹੈ। ਐਕਚੁਅਲੀ ਜਿਤਨੀ ਹਮਾਰੀ ਉਮੀਦ ਥੀ ਉਸਸੇ ਜ਼ਿਆਦਾ ਵਿਅਕਤੀ ਹਮਾਰੇ ਪਾਸ ਦਿਵਿਆਂਗ ਭਾਈ ਬਹਿਣ ਆ ਗਏ ਹੈ। ਉਹ ਸਾਰੀ ਪਹਿਲੇ ਕਾਰਿਕ੍ਰਮ ਅੰਦਰ ਥਾ ਬਾਹਰ ਸ਼ਿਫਟ ਕਰ ਲਿਆ ਹੈ, ਤੋ ਇਸ ਲਈ ਇਸਮੇ ਤਾਂ ਕੋਈ ਪ੍ਰੋਬਲਮ ਹੈ ਨਹੀਂ। ਓਬਜੈਕਟਿਵ ਆਜ ਕੇ ਕਾਰਿਕ੍ਰਮ ਕਾ ਯੇ ਹੈ ਕਿ ਉਨਕੋ ਬਤਾਨਾ कि उनके राइट्स क्या हैं, पोलिंग बूथ पे जाके 100% वो वोट डालें, इसके लिए प्रेरित करना है। बहुत ही सराहनीय प्रयास है डिस्ट्रिक्ट एडमिनिस्ट्रेशन का, उनको यहाँ लाने के लिए एडमिनिस्ट्रेशन ने बड़े बेहतरीन प्रबंध किए थे। जो जिन्हें दिव्यांग परसन उन्होंने अभी आने से धनवाद भी किया है, उन्होंने आन जो पोलिंग स्टेशन वाली सहूलत जिमें कि हरेक पोलिंग स्टेशन से उन्होंने रैंप की फैसिलिटी दी गई है, उस तो अलावा व्हीलचेयर की फैसिलिटी दी गई है, उस तो अलावा ਕੋਲ ਜਿਹੜੇ ਵਲੰਟੀਅਰ ਸਨ ਜਿਵੇਂ ਐਨ ਸੀ ਸੀ ਜਾਂ ਸਕਾਊਟ ਗਾਈਡ ਐਨ ਐੱਸ ਐੱਸ, ਉਹ ਇਹਨਾਂ ਨੂੰ ਪੂਰੀ ਹੈਲਪ ਦੇਣਗੇ। ਇਸ ਤੋਂ ਇਲਾਵਾ ਜਿਸ ਤਰ੍ਹਾਂ ਅੱਜ ਵਹੀਕਲ ਲਗਾਏ ਗਏ ਹਨ, ਪੋਲਿੰਗ ਵਾਲੇ ਦਿਨ ਵੀ ਇਹਨਾਂ ਨੂੰ ਸਮੁੱਚੇ ਹੀ ਕਲਸਟਰ ਬਣਾ ਕੇ ਜਾਂ ਘਰ ਤੋਂ ਘਰ ਵੀ ਪੋਲਿੰਗ ਸ਼ਕਤ ਤੱਕ ਲਿਆਉਣ ਲਈ ਅਸੀਂ ਵਹੀਕਲ ਜਿਹੜੇ ਪ੍ਰੋਵਾਈਡ ਕਰਾਂਗੇ। ਔਰ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਹੈ, ਜੇ ਉਹਨਾਂ ਨੂੰ ਸਾਡੇ ਵੱਲੋਂ ਕਿਸੇ ਕਮੀ ਰਹਿ ਗਈ ਹੈ ਸਾਨੂੰ ਹੁਣ ਦੱਸਣ, ਆਉਣ ਵਾਲੇ ਸਮੇਂ 'ਚ ਦੁਬਾਰਾ ਸਾਰੀਆਂ ਕਮੀਆਂ ਪੂਰੀਆਂ ਕੀਤੀਆਂ ਜਾ ਸਕਣਗੀਆਂ। ਔਰ ਉਹਨਾਂ ਦੀ ਜੋ ਵੀ ਕੋਈ ਪੈਨਸ਼ਨ ਜਾਂ ਕੋਈ ਹੋਰ ਉਹਨਾਂ ਦੇ ਕੋਈ ਸਰਟੀਫਿਕੇਟ ਨਾਲ ਸੰਬੰਧਿਤ ਕੰਮ ਹੈ, ਸਾਰੇ ਸਿਹਤ ਵਿਭਾਗ ਦੇ ਪਲੱਸ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਹਾਜ਼ਰ ਨੇ, ਹਰ ਇੱਕ ਦਾ ਹੱਲ ਕਰਕੇ ਭੇਜਾਂਗੇ।